24,000 ਦਰਾਮ ਦੀ ਦਾਰੂ, 24,000 ਕੁਛ ਦੀ। ਪੁਲਸ ਆ ਗਈ, ਉਹਨੇ ਕੈਮਰਾ ਆਨ ਦੇਖ ਲਿਆ ਨਾ। ਉਹ ਬੜੀ ਰਾਣੀ ਸੁੰਦਰਾ ਮਿੰਨੀ ਮੌਜੂਦ। 33,000 ਤਿੰਨ ਗੱਡੀਆਂ ਤੇ ਡਾਲਰਾਂ ਦੀ ਗੱਲ ਹੋ ਰਹੀ ਹੈ ਵੀਰ ਜੀ, ਡਾਲਰਾਂ ਦੀ। ਟੀਵੀ ਦੇਖ ਲਿਆ, GTA ਚੱਲਦੀ ਆ। ਟਾਈਮ ਕੀ ਹੋ ਗਿਆ, 11 ਵੱਜਦੇ ਆ, ਠੀਕ ਹੈ, 10:30 ਹੋ ਗਏ, 11 ਵੱਜਦੇ ਆ, GTA ਚੱਲ ਰਹੀ ਆ, ਪੂਰੀ ਕੁੱਟੀ ਜਾ ਰਹੀ ਆ, ਦੜਾ ਦੜ। ਹਾਂ, ਚੋਰੀ ਵੀ ਕਰਨੀ, ਪੂਰੀ ਗੇਮ ਮਚਾਉਣੀ ਹੈ ਨਾ, ਆਪਾਂ ਪੂਰੀ ਧੱਕ ਪਾਉਣੀ ਹੈ ਨਾ GTA ਚ। ਹਾਂ, ਸਾਰਾ ਪਤਾ ਚੱਲ ਗਿਆ ਸਾਨੂੰ ਹੁਣ, ਅਸੀਂ ਆਹ ਸਾਡਾ ਅਸਿਸਟੈਂਟ ਆ, ਮਤਲਬ ਜਿਹੜੇ ਮਿਸ਼ਨ ਸਾਨੂੰ ਨਹੀਂ ਪਤਾ ਲੱਗਦੇ ਉਹਨੂੰ ਇਹ ਡਿਊਟੀ ਲਾਈ ਜਾਂਦੀ ਆ। ਜਾਕੀ ਇੱਧਰ ਆ ਕੇ ਦੱਸ ਦੇ ਸਾਰਿਆਂ ਨੂੰ, ਤੇ ਇਹਦੀ ਡਿਊਟੀ ਲਾਈ ਜਾਂਦੀ ਆ, ਇਹ ਸਾਰੇ ਮਿਸ਼ਨ ਪੂਰੇ ਕਰਕੇ ਦਿੰਦਾ, ਪੂਰੀ ਇਨਫੋਰਮੇਸ਼ਨ ਕੱਢ ਕੇ ਦਿੰਦਾ। ਕਿਉਂ ਜਾਕੀ, ਕੀ ਕਰਨਾ ਦੱਸਦੇ ਡਰਾਈਵਰ, ਹੁਣ ਕੀ ਕਰਨ ਗਏ ਆਪਾਂ ਦੱਸਦੇ। ਹਾਂ, ਗੱਡੀਆਂ ਚੋਰੀ ਕਰਕੇ, ਫਿਰ ਕਿੰਨੀਆਂ ਗੱਡੀਆਂ ਚੋਰੀ ਕਰਨੀਆਂ ਆਪਾਂ, ਇੰਨੀਆਂ ਤਿੰਨ ਤਿੰਨ, ਫਿਰ ਆਪਾਂ ਉਸ ਤੋਂ ਬਾਅਦ ਹਾਇਸਟ ਆ ਨਾ, ਬਿੱਗ ਵਾਲੀ ਹਾਇਸਟ ਆ ਉੱਥੇ, ਬੈਂਕ ਰੋਬਰੀ। ਪੈਸੇ ਚੋਰੀ ਨੀ ਕਰਨੇ ਅਸੀਂ, ਰੋਬਰੀ ਹਾਂ ਰੋਬਰੀ ਕਰਨੀ, ਲੇਕਿਨ ਅਸੀਂ ਪੈਸੇ ਚੋਰੀ ਨੀ ਕਰਨੇ, ਅਸੀਂ ਇਮਾਨਦਾਰ ਚੋਰ ਆ GTA 5 ਦੇ ਵਿੱਚ, ਠੀਕ ਹੈ ਨਾ। ਚਲ ਠੀਕ ਆ, ਦੇਖਿਆ ਇਹ ਬੰਦਾ ਸਾਡਾ ਜ਼ਹਿਰੀ ਆ, ਪੂਰੀ ਧੱਕ ਪਾਉਂਦਾ ਇਹ GTA 5 ਦੀ। ਅਸੀਂ ਥੋੜਾ ਜਿਹਾ ਕੰਮ ਧੰਦਾ ਨਿਬੇੜਨਾ ਬਾਹਰਲਾ, ਰਾਤ ਦੇ ਨਾਟ ਡੇ ਦੇ, ਤੇ ਵਿਹਲੇ ਆ ਤੁਹਾਨੂੰ ਪਤਾ, ਤੇ ਜਦੋਂ ਜਾਵਾਂਗੇ ਅਸੀਂ ਫਿਰ ਤੁਹਾਨੂੰ ਨਾਲ ਨਾਲ ਲੈ ਚੱਲਾਂਗੇ ਕਿੱਥੇ ਚੱਲਦੇ। ਲਓ ਜੀ, ਸਿੰਗਰ ਨਾਮ ਇਹਨਾਂ ਉੱਭਰੇ ਨੇ, ਸੰਦੀਲਾ ਚਮਕੀਲਾ ਰੰਗੀਲਾ ਇਹਨਾਂ ਦਾ ਨਾਮ, ਠੀਕ ਆ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਥੈਂਕ ਯੂ। ਤੇ ਸਾਡਾ ਆਪਣਾ ਯਾਰ ਇਹਨਾਂ ਦੀ ਨਾ ਫੋਕੀ ਵਾਹ ਵਾਹ ਬਹੁਤ ਕਰਨੀ ਪੈਂਦੀ ਆ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਇੰਸਟਾਗ੍ਰਾਮ 'ਤੇ ਆਪਾਂ ਲਾਈਵ ਹੁੰਦੇ ਹਾਂ ਡੇਲੀ ਸ਼ਾਮ ਨੂੰ, ਔਰ ਮਤਲਬ ਅਲੱਗ ਅਲੱਗ ਆਪਣੇ ਪਲੇਟਫਾਰਮ ਨੇ, ਟਿਕਟੋਕ, ਯੂਟਿਊਬ, ਇੰਸਟਾਗ੍ਰਾਮ, ਫੇਸਬੁੱਕ, ਅਤੇ ਡੂ ਬਰੋ ਦੇ ਨਾਮ ਨਾਲ ਯੂਟਿਊਬ ਚੈਨਲ ਨੂੰ ਫੋਲੋ ਕਰ ਲਿਓ, ਠੀਕ ਆ। ਅਤੇ ਇੰਸਟਾਗ੍ਰਾਮ ਵੀ ਸੇਮ ਆ, ਟਿਕਟੋਕ ਵੀ ਸੇਮ ਆ, ਠੀਕ ਆ। ਅਤੇ ਸੈਲ ਮੁਹੰਮਦ ਉਹ ਵੀ ਸੇਮ ਆ ਆਪਣੇ, ਉਹ ਵੀ ਉਹ ਜਾ ਕੇ ਸਾਰਾ ਫੋਲੋ ਕਰ ਲਿਓ ਇੰਸਟਾਗ੍ਰਾਮ 'ਤੇ। ਰੌਲਾ ਪੈਂਦਾ, ਹੁਣ ਚੱਲਿਆ ਜਾਵੇ, ਜਦੋਂ ਘਰੋਂ ਨਿਕਲੇ ਫਿਰ ਆਪਾਂ ਤੁਹਾਨੂੰ ਦੱਸ ਦਿੰਦੇ, ਠੀਕ ਆ। ਬਾਬਾਸ ਕਿੰਨੇ ਪੈਸੇ ਲਾਏ ਬਈ? ਯਾਰ 31,000 ਲਾਦਾ, 31,000 ਮੈਂ ਤਿੰਨ ਗੱਡੀਆਂ ਦੇ, 11,000 33,000 ਹੋ ਗਿਆ। 33,000 ਤਿੰਨ ਗੱਡੀਆਂ ਤੇ ਡਾਲਰਾਂ ਦੀ ਗੱਲ ਹੋ ਰਹੀ ਹੈ ਵੀਰ ਜੀ, ਡਾਲਰਾਂ ਦੀ। ਡਾਲਰ ਕਹਿ ਰਿਹਾ, ਤੀਜੀ ਗੱਡੀ ਹੈ ਚੋਰੀ ਕਰਕੇ ਕਰ ਦੇਣੀ ਆਪਾਂ, ਉੱਥੇ ਹਾਈਐਸਟ ਕਰ ਲੈਣੀ ਆ, ਹਾਈਐਸਟ ਵਾਲੀ ਕਰ ਦੇਣੀ ਆ, ਤੇ ਲਕੋ ਕੇ ਯਾਰ 33,000 ਮਾੜੀ ਮੋਟੀ ਗੱਲ ਥੋੜੀ ਆ ਬਈ, ਗੇਮ ਪੂਰੀ ਪਾਈ ਆ ਮੁੰਡਿਆਂ ਨੇ, ਜਾਕੀ ਹਟ ਜਾ। ਚਲੋ ਜੀ, ਹੁਣ ਤੁਹਾਨੂੰ ਮਿਲਦੇ ਆ ਫਿਰ ਰਸਤੇ 'ਚ, ਬਾਅਦ ਚੋਂ, ਬਾਏ ਬਾਏ। ਇਹ ਮੈਨੂੰ ਠਾ ਕੇ ਲਿਆਇਆ ਵਾ ਸੁੱਤੇ ਪਏ, ਜਾਣ ਕੇ ਗੇਮ ਖੇਡਦਾ ਸੀ ਮੈਂ, ਹੁਣ ਠਾ ਕੇ ਲਿਆਇਆ, ਹੁਣ
ਡੇ ਗਈ ਮੈਂ ਯਾਰ ਅੱਧੀ ਰਾਤ ਨੂੰ ਲੈ ਜਾਂਦਾ ਹੈ। ਰਾਤ ਦੇ 11:30 ਹੋ ਗਏ ਆ, 11 ਵਜੇ ਅਸੀਂ ਚੱਲੇ ਕੰਮ ਥੋੜ੍ਹਾ ਜਿਹਾ। ਰਾਤ ਨੂੰ ਹੁੰਦਾ ਸੀ ਜਾਗਣਾ, ਦਿਨੇ ਹੁੰਦਾ ਸੌਣਾ। ਦਿਨੇ ਜਾਗਦਾ ਮੈਂ, ਮੈਂ ਕਿਹਾ ਤੂੰ 12:00 ਵਜੇ ਤੱਕ। ਮੈਂ ਦਿਨੇ ਦਿਨੇ ਕੰਮ ਕਰਦਾ ਇਹ ਰਾਤ ਨੂੰ, ਤੇਰੇ ਨਾਲ ਮੈਂ ਰਾਤ ਨੂੰ ਵੀ ਕਰਦਾ ਤੇ 12:00 ਵਜੇ ਤੱਕ ਜਾਗਦਾ ਰਹਿੰਦਾ। ਮੈਂ ਕਿਹਾ ਚੱਲ ਦੋ ਵਾਰੀ ਕੰਮ ਨਿਬੇੜੀਏ ਥੋੜ੍ਹਾ ਜਿਹਾ, ਬਾਜ਼ਾਰ ਜਾ ਕੇ ਆਉਣਾ ਹੈ। ਹੁਣ ਆਪਾਂ ਚੱਲੇ ਹਾਂ, ਜਿਹੜੇ ਤਾਂ ਆਪਣੇ ਪੁਰਾਣੇ ਸਬਸਕ੍ਰਾਈਬਰ ਨੇ ਉਹਨਾਂ ਨੇ ਤਾਂ ਵਲੌਗ 'ਚ ਦੇਖਿਆ ਹੋਊਗਾ ਵੀ ਅਸੀਂ ਜਾਂਦੇ ਹੁੰਦੇ ਹਾਂ ਅਜਮਾਨ, ਬਟ ਜਿਹੜੇ ਨਵੇਂ ਜੁੜੇ ਆ ਉਹਨਾਂ ਨੂੰ ਅਸੀਂ ਅਜਮਾਨ ਲੈ ਕੇ ਚੱਲੇ ਹਾਂ ਅੱਜ ਪ੍ਰੋਪਰ। ਕਿਉਂ ਅਸਲੀ ਮੈਂ ਹੋਰ ਗਈ, ਹਾਂ ਚੱਲ ਫਿਰ ਗੱਡੀ ਤੂੰ ਚਲਾਏਗਾ। ਉਹ ਖੜੀ ਰਾਣੀ ਸੁੰਦਰਾ ਤੂੰ ਚਲਾ, ਇੰਨਾ ਮਿੰਨੀ ਮੌਜੂਦ ਚਲਾ ਯਾਰ। ਨਹੀਂ ਤੂੰ ਚਲਾ ਲਾ, ਚਲਾਉਂਦਾ ਵਧੀਆ ਡਿੱਗੀ ਕਰਦਾ। ਦੂਜੀ ਵੀ ਤੂੰ ਮੈਨੂੰ ਹੀ ਕਹਿੰਦਾ ਭੈਣ ਤੂੰ ਵਧੀਆ ਚਲਾਉਂਦਾ ਤੂੰ। ਮੇਰਾ ਨਾ ਢਿੱਡ ਭਰਿਆ ਨੇ, ਖਵਾਤੀ ਬਿਰਿਆਨੀ ਤੁਹਾਨੂੰ ਦਿਖਾਇਆ ਸੀ ਪਿਛਲੇ ਬਲੌਗ 'ਚ ਸਾਡਾ ਕੀ ਕਹਿੰਦੇ ਆ ਲੱਤਾਂ ਵਾਲੀ ਐਕਸਰਸਾਈਜ਼ ਲਾਈ ਆ ਵਾਰੀ, ਉਹ ਚੱਲਦਾ ਡਾਇਟ ਪਲਾਨ। ਪਤਾ ਨਹੀਂ ਪਰਸੋਂ ਇਹਨੇ ਗੋਭੀ ਵਾਲੀ ਖਵਾ ਤੇ, ਅੱਜ ਤੂੰ ਬਿਰਿਆਨੀ ਖਵਾਤੀ। ਤੇਲ ਤਾਂ ਮੁੱਕਣ ਵਾਲਾ ਜੱਟਾ, ਤੇਲ ਪਾ ਲੈਣਾ ਤੂੰ ਤੇ। ਚਲੋ ਮਿਲਦੇ ਹੁਣ ਤੁਹਾਨੂੰ ਸਟੇਸ਼ਨ 'ਤੇ ਜਾ ਕੇ। ਉਹ ਡਾਇਟ ਸ਼ਾਇਟ ਹੀ ਆ ਹੁਣ ਕਰਦੇ ਹਾਂ, ਐਕਸਰਸਾਈਜ਼ ਵੀ ਜਾਂਦੇ ਹਾਂ, ਲੇਕਿਨ ਘਰੇ ਜੇ ਉਨਾ ਹੀ ਖਾ ਲਈਏ ਫਿਰ ਉਹ ਐਕਸਰਸਾਈਜ਼ ਦਾ ਫਾਇਦਾ ਵੀ ਨਹੀਂ ਹੁੰਦਾ ਕੁਛ। ਬਹੁਤ ਵੇਟ ਘਟਾਇਆ, 12 ਕਿਲੋ ਵੇਟ ਘਟਾ ਦਾ। ਹਾਂ ਤੇ ਦੇਖਦੇ ਹਾਂ ਨੈਕਸਟ ਹੌਲੀ ਹੌਲੀ। ਅੱਜ ਬਿਰਿਆਨੀ ਬਣਾ ਲਈ ਸੀ ਔਰ ਘਰ ਦੀ ਬਿਰਿਆਨੀ ਆਪਾਂ ਨੂੰ ਬੜੀ ਅੱਤ ਲੱਗਦੀ ਆ, ਤੇ ਫਿਰ ਉਹ ਖਾ ਜਾਈਦੀ ਅਸੀਂ ਮਤਲਬ ਮੈਂ ਖੁੱਲ੍ਹੇ ਡੁੱਲੇ ਸੁਭਾਅ ਨਾਲ। ਕਿਉਂ ਅਸਲੀ ਮੈਂ, ਚਲੋ ਫਿਰ ਮਿਲਦਾ ਤੁਹਾਨੂੰ। ਏ ਸੀ ਉਸੀ ਲਾ ਯਾਰ, ਗਰਮ ਪਿਆ ਕੰਮ। ਸਿੱਧੂ ਲਾ ਦੇ, ਜਿੱਦੂ ਏ ਜੱਟ ਲਾ ਦੇ ਆਪਣਾ। ਆਹ ਹਾਹ ਰਾਤ ਦਾ ਮਾਹੌਲ, ਕਿਆ ਬਾਤਾਂ ਨੇ, ਕਿਆ ਬਾਤਾਂ ਨੇ। ਕੀ ਹੋਇਆ, ਹੱਸਦਾ ਕਾਹਨੂੰ? ਵੱਡੇ ਵਲੌਗਰ ਨੇ ਨਾ ਜਿਵੇਂ ਹੁਣ ਕੈਮਰਾ ਫੜਿਆ, ਪੁੱਠਿਆਂ ਫੜਦੇ ਆ, 2 ਮਿੰਟ ਦੀ ਵੀਡੀਓ ਬਣਾ ਲਈ ਕੈਮਰਾ ਉੱਧਰ ਲਾਉਣ ਕਰਕੇ। ਉਹ ਬਾਹਰ ਬਾਹਰ ਦੂਜੀ ਗੱਡੀ ਵਾਲੀ ਦੀ ਵੀਡੀਓ ਬਣਾਈ ਗਿਆ ਮੈਂ, ਮੈਨੂੰ ਐਂ ਪੁੱਠਾ ਕਰਕੇ ਸਾਡੀ ਬਣਦੀ ਪਈ ਆ ਉਹ ਦੇਖੀ ਤੇ ਅੱਧਾ ਘੰਟਾ ਮੈਨੂੰ ਬੁਲਾਈ ਗਿਆ ਯਾਰ। ਏਦਾਂ ਹੀ ਹੁੰਦਾ ਫਿਰ ਏਦਾਂ ਹੁੰਦਾ, ਕਦੇ ਕਦੇ ਭੁਲੇਖਾ ਲੱਗ ਜਾਂਦਾ। ਬਾਹਰਲਾ ਮਾਹੌਲ ਦੇਖੋ ਤੁਸੀਂ, ਕਿਆ ਬਾਤ ਹੈ। ਵੱਜ ਗਏ 11, ਜਾਣਾ ਅਸੀਂ 12 ਵਜੇ ਬੰਦ ਹੋ ਜਾਣੀ ਆ ਸ਼ੋਪ। 11:10 ਹੋ ਗਿਆ ਆਲਰੇਡੀ। ਰਾਈਟ ਨਾਓ ਆਪਾਂ ਹੈਗੇ ਦੁਬਈ ਵਿੱਚ ਤੇ ਜਾਣਾ ਅਜਮਾਨ। ਖਿੱਚਦੇ ਫਿਰ ਮਸਟੈਂਗ ਕਾਹਦੋਂ ਚੱਕੀ ਆ, ਤਾਂ ਹੀ ਉੱਤੋਂ ਚੱਕ ਲਾ ਆਈ ਚੱਕ ਲੈ। ਚਲੋ ਬਈ ਮਿੱਤਰੋ ਮਿਲਦੇ ਆ ਤੁਹਾਨੂੰ ਫਿਰ ਅਜਮਾਨ ਜਾ ਕੇ। ਭੈਣ ਤੇ ਫਿਰ ਰੋੜਾਂ ਦੇ ਚਾਰਜ ਵਾਲੇ ਟੈਕਦੇ ਨੀ ਭੈਣ ਚੋਦ ਲੈ। ਆ ਦੇਖ ਲੈ, ਰਾਤ ਨੂੰ 12 ਵਜੇ ਆ,
ਫਿਰ ਨੀ ਇਹਨਾਂ ਨੇ ਦੁਖੀ ਕਰਤਾ ਬਾਈ, ਅਜਮਾਨ ਵਾਲਾ ਰਾਹ ਕਟਾਇਆ ਪਿਆ ਚਾਰਜੇ ਵਾਲਿਆਂ ਨੇ ਆ ਖੜੇ ਆ ਹੱਦਾ ਥੋਡੀ ਯਾਰ 11 ਵਜੇ 11 ਓਏ ਅਸੀਂ ਅਸੀਂ ਸ਼ਾਮ ਨੂੰ ਜਾਣ ਦੀ ਟਰਾਈ ਕੀਤੀ ਸੀਗੀ 8:30-8:30 ਵਜੇ ਉਹਨੇ ਕੈਮਰਾ ਆਨ ਦੇਖ ਲਿਆ ਨਾ ਉਹ ਜਾ ਜਾਂਦੀ ਵੀ ਕਰ ਸਕਦਾ ਪਿੱਛੇ ਤਾਂ ਨੀ ਲਾਈ ਉਹਨੇ ਆਪਣੇ ਨਹੀਂ ਲਾਈ ਕਿਉਂਕਿ ਅਸੀਂ ਕੁਛ ਨੀ ਕੀਤਾ ਤੇ ਅਸੀਂ ਟ੍ਰੈਫਿਕ ਦੇ ਕਰਕੇ ਕੈਂਸਲ ਕੀਤਾ ਵੀ ਜਾਂ ਤਾਂ ਸਵੇਰੇ ਚੱਲਾਂਗੇ 9-10 ਵਜੇ 11 ਵਜੇ ਜਾਂ ਆਪਾਂ ਰਾਤ ਨੂੰ ਚੱਲਦੇ ਹਾਂ 11-12 ਵਜੇ ਹੁਣ 11:30-11:15 ਦਾ ਟਾਈਮ ਆ ਭੈਣ ਚੋਹ ਦੇ ਆ ਖੜੇ ਨੇ ਭਾਈ ਇੱਕ ਹੋਰ ਗੱਲ ਦੱਸਾਂ ਇਹਨਾਂ ਦੀ ਜਿਹੜੀ ਕੁੱਤੇ ਖਾਣੀ ਹੁੰਦੀ ਆ ਨਾ ਰੋਡ ਤੇ ਇਹਨਾਂ ਦੀ ਜਾਇਜ਼ ਹੁੰਦੀ ਆ ਕਿਉਂ ਤੂੰ ਸ਼ਾਰਜੇ ਚਲਾ ਜਾ ਤੈਨੂੰ ਗੱਡੀ ਨੂੰ ਰਾਹ ਨੀ ਦਿੰਦੇ ਇਹ ਅੱਕੇ ਹੋਏ ਵਿੱਚ ਨੀ ਵੜਨ ਦਿੰਦੇ ਗੱਡੀ ਸਾਰੀ ਦਿਹਾੜੀ ਰੋਡਾਂ ਤੇ ਗਾਲਾਂ ਖਾਂਦੇ ਆ ਸਭ ਤੋਂ ਸਾਰੀ ਦਿਹਾੜੀ ਕੁੱਤੇ ਖਾਣੀ ਹੁੰਦੀ ਆ ਫਿਰ ਇੱਕ ਤਾਂ ਬੰਦੇ ਇਹਨਾਂ ਨੂੰ ਆਪਦੇ ਏਰੀਏ ਚ ਮਿਲਦਾ ਕਿ ਮੂਹਰੇ ਗੱਡੀ ਨੀ ਲੱਗਣ ਦਿੰਦੇ ਵਿੱਚ ਰਾਹ ਨੀ ਦਿੰਦੇ ਆ ਫਿਰ 12 ਵਜੇ ਯਾਰ ਟ੍ਰੈਫਿਕ ਪਾਈ ਫਿਰਦੇ ਆ ਸਵੇਰੇ 4 ਵਜੇ ਫਿਰ ਇੱਧਰ ਨੂੰ ਨਿਕਲ ਆਉਣਾ ਇਹਨਾਂ ਨੇ ਚਾਰ ਨੀ ਵੱਜਣ ਦੇਣੇ ਉਹੀ ਰਾਹ ਇੱਧਰ ਨੂੰ ਭੱਜ ਲੈਣਾ ਇਹਨਾਂ ਨੇ ਆਈ ਚੱਲਦਾ ਬਾਈ ਇੱਥੇ ਸਿਸਟਮ ਤੇ ਟ੍ਰੈਫਿਕ ਦੀ ਮਾਰੀ ਬਈ ਦੁਨੀਆ ਵੀਰੇ ਸ਼ਹਿਰ ਜਾਣੇ ਹੋ ਥੋੜਾ ਧਿਆਨ ਨਾਲ ਉਹ ਬਖਸ਼ ਰੋਏ ਸੈਟਰਡੇ ਇਹ ਪਹਿਲਾਂ ਪਿਆ ਉਹ ਦੇਖੋ ਟ੍ਰੈਫਿਕ ਕੀ ਬਾਤ ਹੈ ਕੀ ਬਾਤ ਹੈ ਕਿੰਨੀ ਹੈ ਪਹਿਲੇ ਜਿਵੇਂ ਹਾਂ ਹਾਂ ਪਹਿਲੇ ਚ ਮਾਰ ਦੋ ਟ੍ਰੈਕ ਥੋੜੀ ਸਪੀਡ ਦਾ ਫੜਾਂਗੇ ਚੱਕ ਆਹ ਟ੍ਰੈਕ ਜਾ ਕੇ ਸਪੀਡ ਫੜਨੀ ਪੈ ਜਾਂਦੀ ਆ ਨਹੀਂ ਪਿੱਛੋਂ ਬਹੁਤ ਆਉਂਦੇ ਆ ਤੇਜ਼ ਚੱਲ ਵੀ ਇੱਕ ਹੀ ਟ੍ਰੈਕ ਵਿਹਲਾ ਖਿੱਚੀ ਚੱਲ ਹੁਣ ਇਹਨੂੰ ਲੱਗ ਨਾ ਲਿਆ ਆ ਨਾ ਆਹ ਲਿਆ ਆ ਟਾਈਮ ਰਹਿੰਦਾ ਅੱਧਾ ਘੰਟਾ ਪਿਆ ਹਜੇ ਚੱਲ ਆ ਦੱਸੀ ਮੈਨੂੰ ਕਿਹੜਾ ਦੀ ਅੱਧਾ ਘੰਟਾ ਪਿਆ ਪਹਿਲਾਂ ਨਹੀਂ ਆਉਂਦਾ ਤੈਨੂੰ ਚੱਲ ਫਿਰ ਚੱਲ ਤੈਨੂੰ ਹੁਣ ਸ਼ੋਪਿੰਗ ਕਰਾ ਦਾ ਔਖਾ ਹੋ ਜਾਂਦਾ ਵੀਕਐਂਡ ਤੇ ਇਹਦਾ ਰਿਲੀਜ਼ ਕਰਨ ਲਈ ਕਿਉਂ ਸਲੀਮ ਸਟ੍ਰੈਸ ਨੂੰ ਰਿਲੀਜ਼ ਕਰਨ ਲਈ ਕੀ ਚਾਹੀਦਾ ਆਪਾਂ ਨੂੰ ਘਰ ਪਿੱਛੇ ਥੋੜੀ ਜਿਹੀ ਗੱਡੀ ਲਾਈਏ ਆਪਾਂ ਇਹਨਾਂ ਨੇ ਆਸ ਪੜਿਆ ਲੈਣੀ ਪਾਰਕਿੰਗ ਲਾ ਲਈਏ ਤੇ ਆਪਾਂ ਵੜਨਾ ਉੱਥੇ ਅੰਦਰ ਕੈਮਰਾ ਆਨ ਨਹੀਂ ਕਰ ਸਕਦੇ ਠੀਕ ਆ ਜੀ ਆ ਕੇ ਮਿਲਦੇ ਆ ਫਿਰ ਤੁਹਾਨੂੰ ਹੌਲੀ ਓਏ ਘਰੇ ਜਾ ਕੇ ਪੀਣੀ ਆ ਕਪੀ ਕੇ ਬਹਿ ਗਿਆ ਚੱਲ ਬਈ ਗੱਡੀਆਂ ਵੀ ਇੱਕ ਜਣਾ ਅੰਦਰ ਭੇਜਾ ਹਾਂ ਦੂਜਾ ਗੇਅਰ ਪਾ ਹਾਂ ਸਮਾਨ ਆਪਾਂ ਲੈ ਲਿਆ ਇਹਦਾ ਕੋਈ ਲੇਵਲ ਨਹੀਂ ਹੁੰਦਾ ਤੇ ਅੰਦਰ ਲੇਵਲ ਹੁੰਦੇ ਆ ਇਹਦੇ ਅੰਦਰ ਲੇਵਲ ਹੁੰਦੇ ਆ ਸਾਹਮਣੇ ਤੁਸੀਂ ਗਏ ਹੋਵੋਗੇ ਜਿਹੜੇ ਦੁਬਈ ਰਹਿੰਦੇ ਉਹਨਾਂ ਨੂੰ ਪਤਾ ਯੂਨੀਸੈਟ ਤੇ ਹੁਣ ਆਪਾਂ ਚੱਲੀਏ ਜਿਹੜੇ ਕੰਮ ਆਏ ਸੀ ਆਪਾਂ ਨੇ ਵੇਟ ਲਿਆ ਚੱਲੀਏ ਸਲੀਮੇ ਚੱਲ ਬਾਈ ਚੱਲ ਫਿਰ ਹੁਣ ਮਿਲਦਾ ਤੁਹਾਨੂੰ ਗੱਡੀ ਦੇ ਅੰਦਰ ਯਾਰ ਤੈਨੂੰ ਨਾ ਸਲੀਮ ਇਹ ਕੰਮ ਛੱਡ ਦੇਣੇ ਚਾਹੀਦੇ ਆ ਹਾਂ ਵਾਲੇ ਤੂੰ ਲਿਆਉਣਾ ਯਾਰ ਮੈਂ ਚੰਗੀ ਭਲੀ ਗੇਮ ਖੇਡਦਾ ਸੀਗਾ ਹੈ
ਜੇ ਕੀ ਦਾ ਵੀਕਐਂਡ ਆ ਤੇ ਵੀਕਐਂਡ ਹੁੰਦਾ ਹੀ ਆ ਫਿਰ ਵੀਕਐਂਡ ਕਰਨ ਲਈ ਤੇ ਵੀਕਐਂਡ ਕਰਨ ਲਈ ਤੇ ਆਹ ਚੀਜ਼ ਇੱਥੇ ਪਈ ਆ ਪੈਰਾਂ 'ਚ। ਚਲੋ ਕੋਈ ਗੱਲ ਨਹੀਂ ਸਾਰਿਆਂ ਨੂੰ ਪਤਾ ਹੀ ਆ ਮਤਲਬ ਘੈਂਟ ਹੀ ਆ ਯਾਰ ਉਹਦਾ ਪ੍ਰਾਈਸ ਯਾਰ। ਦਾਰੂ ਦਾ ਰੇਟ ਪਤਾ ਨਹੀਂ ਇਹੋ ਜਿਹਾ ਕੀ ਖਾਸ ਪਾਉਂਦੇ ਆ। ਹਜ਼ਾਰ ਕਿੰਨੇ ਹਜ਼ਾਰ 24,000 ਦੀ 24,000 ਦਰਾਮ ਦੀ ਦਾਰੂ 24,000 ਕੁਛ ਦੀ ਤੇ ਹਿਸਾਬ ਲਾ ਲਓ ਇੰਡੀਆ ਦਾ ਕਿੰਨਾ ਬਣ ਗਿਆ ਕਿਉਂ 5-6 ਲੱਖ ਹੋ ਗਿਆ ਹੋਣਾ। ਚਲੋ ਵੀ ਚੱਲਦੇ ਹਾਂ ਅਸੀਂ ਤੇ ਘਰ ਨੂੰ, ਬਸ ਇੰਨਾ ਹੀ ਕੰਮ ਕਰਨ ਆਏ ਸੀਗੇ ਆਪਾਂ ਤੇ ਹੁਣ ਘਰ ਜਾ ਕੇ। ਚਲ ਗੱਡੀ ਪਿੱਛੇ ਕਰ ਲਓ ਥੋੜ੍ਹੀ ਜੀ, ਗੱਡੀਆਂ ਫਸ ਗਈਆਂ ਸਾਡੀਆਂ, ਸਮਝਦੇ ਗੱਲ ਨੂੰ। ਰਸ਼ ਇੱਥੇ ਰਸ਼, ਓਹੋ ਹੋ ਬਾਈ ਜੀ ਲੰਘਣ ਨੂੰ ਰਾਹ ਨਹੀਂ ਹੁੰਦਾ, ਇੰਨਾ ਰਸ਼ ਪੈਂਦਾ ਇੱਥੇ, ਦੁਨੀਆ ਕਮਲੀ ਤੇ ਕਮਲੀ ਹੋਈ ਪਈ ਹੁੰਦੀ ਇੱਥੇ। ਬੋਤਲਾਂ ਖੜਕੀ ਜਾਂਦੀਆਂ ਲਈ ਮਾਮਾ, ਬੋਤਲਾਂ ਨਹੀਂ ਟੁੱਟਣ ਦਿੰਦੇ ਆਪਾਂ। ਚਲੋ ਵੀ ਮਿਲਦੇ ਹਾਂ ਤੁਹਾਨੂੰ ਘਰੇ ਜਾ ਕੇ, ਬਾਬਾਸ ਟਾਟਾ। ਕਿਉਂ ਨਿਕਲ ਗਿਆ ਅੱਗੇ ਹੁਣ ਬੈਕ ਕਰਦਾ ਫਿਰ ਔਖਾ ਤੇਰਾ ਹੈ ਨਾ ਅਸਲੀ, ਤੂੰ ਕਰਦਾ ਔਖਾ ਮੇਰਾ, ਆਪਦੀ ਡਿਊਟੀ ਵੀ ਕਰਨੀ ਹੈ ਟਾਈਮ ਤੇ ਫਿਰ ਮੈਨੂੰ ਵੀ ਲੈ ਕੇ ਘੁੰਮਣਾ, ਮਤਲਬ ਹਿਸਾਬ ਨਾਲ ਡਰਾਈਵਰ ਹੀ ਆ ਤੂੰ ਮੇਰਾ ਹੈਂ। ਰਾਤ ਦੇ 12 ਵੱਜਦੇ ਆ, ਸਵੇਰੇ 8:30 ਵਜੇ ਨੂੰ ਫੇਰ ਨਿਕਲ ਕੇ ਜਾਣਾ ਤੂੰ ਹੈਂ। ਓ ਤੂੰ ਰੁਕਦਾ ਕਿਉਂ ਨਹੀਂ ਸਾਲਿਆ ਸਾਈਕਲ ਵਾਲਿਆ, ਆ ਦੇਖੋ ਦੱਬੀ ਤੁਰਿਆ ਜਾਂਦਾ ਹੈ ਪੂਰਾ, ਯੂ ਟਰਨ ਦੇ ਮੂਰੇ ਆ ਦੇਖਿਆ ਨਹੀਂ ਹੈਗਾ ਤੇ ਫੇਰ ਹੈਂ ਗੱਲ ਆਪਣੀ ਵਿੱਚ ਹੀ ਅਸਲੀ। ਹਾਂ ਬਈ ਆ ਫੇਰ ਆ ਗਿਆ ਅਸਲੀ ਬਰਾਬਰ, ਕਿੱਥੇ ਦਾ ਬਰਾਬਰ ਆਉਣ ਦੇ ਸਾਰ, ਰਹਿਣ ਦੇ ਜਾਣ ਦੇ ਯਾਰ, ਮੈਂ ਕਿਹੜਾ ਸਿੱਟਣ ਲੱਗੀ ਵੱਡੀ ਯਾਰ, ਮੈਨੂੰ ਪਤਾ ਨਾ ਤੇਰਾ ਤੂੰ ਕਾਤਲ ਹੈ ਪੂਰਾ ਹੈ, ਤੂੰ ਗੱਲ ਨਹੀਂ ਦੱਸੀ ਸਲੀਮ, ਆਪਦੀ ਡਿਊਟੀ ਵੀ ਕਰਦਾ ਤੂੰ, ਗੜਕੀ ਜਾਂਦੀ ਹੈ ਕਾਪੀ ਕਾਪੀਰਾਈਟ ਆ ਜਾਣਾ, ਕਾਪੀਰਾਈਟ ਬੋਤਲਾਂ ਰੱਖੀਆਂ ਇੱਥੇ ਆਪਾਂ ਉਹ ਖੜਕੀ ਨਹੀਂ ਕਾਪੀਰਾਈਟ ਆ ਜਾਣਾ ਤੇ ਇੰਨਾ। ਹੁਣ 12 ਵੱਜ ਗਏ, 12:15 ਟਾਈਮ ਗੋਦੀ ਚ ਕਦੇ ਜਵਾਕ ਬਿਠਾਇਆ ਬੋਤਲਾਂ ਰੱਖੀ ਫਿਰਦੇ ਤੇ ਹੁਣ ਤੂੰ ਜਾ ਕੇ ਸੌਣਾ ਹਨਾ, ਫਿਰ ਤੂੰ ਹਲੇ ਘੰਟਾ ਹੋਰ ਨਹੀਂ ਤੇਰੀ ਨੀਂਦ ਆਉਣੀ, ਫੋਨ ਦੇਖੇਗਾ ਤੂੰ ਯਾਰ, ਫੋਨ ਦੇਖ ਕੇ ਬਿਨਾ ਨਹੀਂ ਆਉਂਦੀ ਤੇ ਫਿਰ ਤੂੰ ਸਵੇਰੇ 8:30 ਫੇਰ ਰੁਕਣਾ, ਅੱਖਾਂ ਬੰਦ ਹੋ ਰਹੀਆਂ ਪਰ ਜਦੋਂ ਪੈ ਗਏ ਫਿਰ ਨੀਂਦ ਚਲੀ ਜਾਣੀ ਆ ਤੇ ਫੋਨ ਦੇਖਣਾ ਪੈਣਾ 8:30 ਫੇਰ ਸਵੇਰੇ ਉੱਠਣਾ। ਨਹੀਂ ਦਾਕੀ ਮਿਸ਼ਨ ਲਾਈ ਬੈਠਾ ਹੋਣਾ, ਉਹ ਹੱਥ GTA ਲਾਈ ਕਰਦਾ ਹੋਣਾ ਹਾਂ ਤੇ ਸਵੇਰੇ 8:30 ਫੇਰ ਉੱਠਣਾ, ਤੂੰ ਫੇਰ ਨਿਕਲ ਜਾਣਾ ਹੈ ਹੋਰ 3 ਵਜੇ ਆ ਜਾਣਾ, 3:30 ਵਜੇ ਆਣਾ ਤੂੰ, ਮੈਂ ਕਿਸੇ ਵੀ ਟਾਈਮ ਆ ਸਕਦਾ ਜਾ ਸਕਦਾ, 3:30 ਵਜੇ ਆਇਆ ਸਮਝ ਲਾ, ਮੇਰੀ ਵੀ ਛੁੱਟੀ ਨਾਲ ਹੀ ਰੱਖਦਾ ਤੇ ਅਸਲ ਚ ਕੱਲ ਨੂੰ ਮੇਰੀ ਛੁੱਟੀ ਨੀ ਤੇਰੀ ਵੀ ਹੈ ਨਾਲ ਹੀ ਤੇ ਤੇਰੀ ਬਹੁਤ ਮਿਹਰਬਾਨੀ ਸੀ, ਸਮਝ ਲੱਗੇ ਫ੍ਰੀ ਚ ਡਰਾਈਵਰ
ਕਿੱਥੋਂ ਮਿਲਦਾ ਦੁਬਈ ਦੇ ਵਿੱਚ ਹੈ ਇੰਨੇ ਕੰਮ ਧੰਦੇ ਸਾਰੇ ਕਰਨੇ ਤੂੰ ਬੋਤਲ ਖਤਮ ਹੋ ਗਈ, ਦਾਰੂ ਖਤਮ ਹੋ ਗਈ, ਵੀਕਐਂਡ ਆਏ ਥੋੜੀ ਹੁੰਦਾ ਸਲੀਮੇ ਤੈਨੂੰ ਮਨਾਈ ਜਾਂਦਾ ਟ੍ਰੈਫਿਕ ਚ ਲੈ ਕੇ ਜਾਣ ਨੂੰ ਰੈਡੀ ਸੀ ਅੱਜ ਨਿਕਲ ਲੈਣ ਦੇ ਗੱਡੀ ਚੋਂ ਬਾਹਰ ਉਹ ਤੇਰੀ ਸਮਾਨ ਹੀ ਬਹੁਤ ਭਾਰਾ ਤੇ ਚਲੋ ਵੀ ਮਿੱਤਰੋ ਗੱਡੀ ਨੂੰ ਲਾ ਲਈਏ ਟਾਕੀ ਹੈਂ ਸਮਾਨ ਆਪਣਾ ਆਪਣੇ ਹੱਥ 'ਚ ਚੱਲ ਓਏ ਆ ਜਾ ਲੱਤਾਂ ਵਾਲੀ ਐਕਸਰਸਾਈਜ਼ ਲਾ ਕੇ ਓਕੇ ਬਾਏ ਟਾਟਾ ਹਾਂ ਤਾਂ ਏਸੀ 'ਚ ਬਹਿਣਾ ਤੂੰ ਜਾ ਕੇ ਹੋਰ ਆਕੜਨਗੀਆਂ ਚਲੋ ਵੀ ਮਿੱਤਰੋ ਸਮਾਨ ਹੋਪਸ ਤੁਹਾਨੂੰ ਵਧੀਆ ਲੱਗਿਆ ਹੋਊ ਸਾਡਾ ਵਲੋਗ ਬੜੀ ਮਿਹਰਬਾਨੀ ਥੈਂਕ ਯੂ ਸੋ ਮਚ ਓਕੇ ਬਾਏ ਟਾਟਾ ਨੈਕਸਟ ਵਲੋਗ 'ਚ ਮਿਲਦੇ ਹਾਂ ਆਪਾਂ ਸੀ ਯੂ ਨੈਕਸਟ ਵਲੋਗ